ਅਸਲਾਮ ਅਲੈਕੁਮ ਜੀ ਅੱਛਾ ਜੀ ਅੱਜ ਦੀ ਵੀਡੀਓ ਸ਼ੁਰੂ ਕਰੀਏ ਔਰ ਪੇਜ ਨੰਬਰ ਹੈ ਅੱਜ 917 917 ਇਥੇ ਗੱਲ ਕਰਨ ਲੱਗਾ ਜੀ ਅਦਰੈਂਸਾ ਦੇ ਮੋਟਰ ਚੀਕਲੀ ਜਿਹੜੀ ਮੋਟਰਸਾਈਕਲਾਂ ਦੀ ਅਦਰੈਂਸਾ ਹੁੰਦੀ ਹੈ ਪਕੜ ਗ੍ਰਿਪ ਹੁੰਦੀ ਹੈ ਉਹਦੀ ਗੱਲ ਕਰਨ ਲੱਗਾ ਟਾਇਰਾਂ ਦੀ ਪਕੜ ਪਿੱਛੇ ਕਾਫੀ ਦਫਾ ਪੜਿਆ ਵੀ ਇਹ ਕੀ ਅਦਰੈਂਸਾ ਕੀ ਹੁੰਦਾ ਹੈ ਔਰ ਇਹ ਕਿੱਥੇ ਘੱਟ ਸਕਦੀ ਹੈ ਜਾਂ ਕਿੱਥੇ ਠੀਕ ਹੋਵੇਗੀ ਘੱਟ ਕਿੱਥੇ ਸਕਦੀ ਹੈ ਜਦੋਂ ਸੜਕ ਗਿੱਲੀ ਹੈ ਅਦਰੈਂਸਾ ਕੱਟ ਜਾਏ ਦੀ ਖਾਸ ਤੌਰ ਤੇ ਜਿਹੜੇ ਸੜਕ ਦੇ ਉੱਤੇ ਨਿਸ਼ਾਨ ਲੱਗੇ ਹੁੰਦੇ ਨੇ ਜਿਹੜੇ ਪੇਂਟ ਹੋਏ ਹੁੰਦਾ ਉਹਦੇ ਉੱਤੇ ਜਾਂ ਜਿਹੜੀਆਂ ਡ੍ਰਾਮ ਦੀਆਂ ਪਟੜੀਆਂ ਜਾਂ ਕੋਈ ਟ੍ਰੇਨ ਦੀ ਪਟੜੀ ਸੜਕ ਉੱਤੇ ਗੁਜ਼ਰਦੀ ਏ ਉਹਨਾਂ ਪਟੜੀਆਂ ਦੇ ਉੱਤੇ ਵੀ ਅਦਰੈਨਸਾ ਟਾਇਰਾਂ ਦੀ ਪਕੜ ਜਿਹੜੀ ਏ ਉਹ ਘੱਟ ਹੋਵੇਦੀ ਜਦੋਂ ਉਹ ਗਿੱਲੇ ਨੇ ਠੀਕ ਹੈ ਉਨ ਵੀ ਘੱਟ ਹੋਵੇਦੀ ਗਿੱਲੇ ਹੋਣਦੇ ਤੇ ਫਿਰ ਜ਼ਿਆਦਾ ਜਿਹੜੀ ਏ ਅਦਰੈਨਸਾ ਗ੍ਰਿਪ ਕੱਟ ਜਾਏਦੀ ਠੀਕ ਹੈ ਚਲੋ ਜੀ ਕੀ ਕੰਡੂਚੇ ਉਨ ਮੋਟੋਸਿਕਲ ਜਿਹੜਾ ਕਹਿੰਦਾ ਮੋਟਰਸਾਈਕਲ ਚਲਾ ਰਿਹਾ ਹੈ ਦੇਵੇ ਕਨਸੀਡਰਾ ਰਿਓ ਖਿਆਲ ਕਰ ਲੈ ਕਿ ਅਦਰੈਨਸਾ ਦਿਬਨੂਸ਼ੇ ਜਿਹੜੀ ਟਾਇਰਾਂ ਦੀ ਪਕੜ ਹੈ ਗ੍ਰੇਪੇ ਅਦਰੈਨਸਾ ਜਿਹੜੀ ਇਹ ਦਿਬਨੂਸ਼ੇ ਘਟ ਜਾਈ ਦੀ ਸੁਲੇ ਰੋਤਾਈਏ ਪਟੜੀਆਂ ਦੇ ਉੱਤੇ ਸਪੈਸ਼ਲ ਮੈਨ ਤੇ ਸਪੈਸ਼ਲੀ ਖਾਸ ਤੌਰ ਤੇ ਇਨ ਕਾਜ਼ੋ ਦੀ ਪਿਓਜਾ ਬਾਰਿਸ਼ ਦੇ ਵਿੱਚ ਵੇਰੋ ਜੀ ਬਾਰਿਸ਼ ਦੇ ਵਿੱਚ ਅਦਰੈਨਸਾ ਜਿਹੜੀ ਹੈ ਪਟੜੀਆਂ ਦੇ ਉੱਤੇ ਘਟ ਜਾਈ ਦੀ ਅੱਛਾ ਪੂਰੇ ਸਵਾਦੀ ਟ੍ਰਾਂਸਲੇਸ਼ਨ ਕਰ ਦੇਣਾ ਵਜਿਹੜਾ ਮੋਟਰਸਾਈਕਲ ਚਲਾ ਰਿਹਾ ਹੈ ਕਹਿੰਦਾ ਉਹ ਖਿਆਲ ਕਰ ਲੈ ਕਿ ਐਡਰੇਨਸਾ ਬਈ ਜਿਹੜੀ ਗ੍ਰੇਪੇ ਪਕੜਿਓ ਘਟ ਜਾਏ ਦੀ ਪਟੜੀਆਂ ਦੇ ਉੱਤੇ ਖਾਸ ਤੌਰ ਤੇ ਬਾਰਿਸ਼ ਦੇ ਵਿੱਚ ਵੇਰੋ ਦੂਸਰਾ ਅਚਾ ਕੁੰਦੂਚੇ ਮਤਲਬ ਚਲਾਣਾ ਕੀ ਕੁੰਦੂਚੇ ਉਹ ਮੋਟਰ ਚੀਕ ਲੋ ਕਹਿੰਦਾ ਜਿਹੜਾ ਮੋਟਰਸਾਈਕਲ ਚਲਾ ਰਿਹਾ ਹੈ ਦੇਵੇ ਕਨਸੀਡਰ ਆ ਰਿਓ ਖਿਆਲ ਕਰ ਲੈ ਕਿ ਐਡਰੇਨਸਾ ਦਿਨਵੀਂ ਸ਼ੇ ਵਜੜੀ ਗ੍ਰੇਪੇ ਪਕੜਿਓ ਘਟ ਜਾਏ ਦੀ ਸੁਲੇਸਟ੍ਰੀਸ਼ੇ ਲੈਣਾ ਦੇ ਉੱਤੇ ਦਿਲੈ ਸਿਨੀਲਾ ਟਿਕ ਹਾਰੀਜ਼ੋਂਟਾਲੇ ਜਿਹੜੇ ਨਿਸ਼ਾਨ ਲੱਗੇ ਹੁੰਦੇ ਨੇ ਇਨ ਕਾਜ਼ੋ ਦੀ ਪਿਓ ਜਾ ਬਾਰਿਸ਼ ਦੇ ਵਿੱਚ ਵੇਰੋ ਜੀ ਬਾਰਿਸ਼ ਦੇ ਵਿੱਚ ਜਿਹੜੇ ਥੱਲੇ ਲੈਣਾ ਲੱਗੀਆਂ ਹੁੰਦੀਆਂ ਨਿਸ਼ਾਨ ਲੱਗੇ ਹੁੰਦੇ ਨੇ ਉਹਨਾਂ ਦੇ ਉੱਤੇ ਵੀ ਅਦਰੈਂਸਾ ਗ੍ਰਿਪ ਜਿਹੜੀ ਉਹ ਕੱਟ ਜਾਏ ਦੀ ਅੱਛਾ ਜੀ ਇੱਥੇ ਇੱਕ ਲਫ਼ਜ਼ ਆ ਗਿਆ ਹੈ ਹਾਰੀਜ਼ੋਂਟਾਲੇ ਸੈਂਪਰੇ ਵੇਰੋ ਤੇ ਦੋ ਫਾਲਸੋਨੋ Clicca sul falso che ti dà e conde. Stallo nare. Te duce round. Marciano. Tisra. Il conducente di un motociclo che è da morsa che da driver deve considerare un real carle. ਕਿ ਅਦਰੈਂਸਾ ਜਿਹੜੀ ਗ੍ਰਿਪ 'ਤੇ ਪਕੜ ਨੌਨ ਡਿਪੈਂਡ ਹੈ ਡਿਪੈਂਡ ਨਹੀਂ ਕਰਦੀ ਦਲਤੀਪੋ ਦੀ ਪਵਮੈਂਟਾਸਿਓਨ ਸਟਰਾਡਾਲੇ ਵਸ ਸੜਕ ਦੇ ਫਰਸ਼ ਦੇ ਉੱਤੇ ਕਹਿੰਦਾ ਗ੍ਰਿਪ ਜਿਹੜੀ ਹੈ ਉਹ ਡਿਪੈਂਡ ਨਹੀਂ ਕਰਦੀ ਅਦਰੈਂਸਾ ਜਿਹੜੀ ਹੈ ਫਾਲਸ ਹੋ ਸੜਕ ਦੇ ਫਰਸ਼ ਉੱਤੇ ਡਿਪੈਂਡ ਕਰਦੀ ਏ ਸੜਕ ਸਾਫ਼ ਏ ਖੁਰਦਰੀ ਏ ਤੇ ਫਿਰ ਗ੍ਰਿਪ ਠੀਕ ਹੋਵੇ ਦੀ ਟਾਇਰਾਂ ਦੀ ਅਦਰੈਂਸਾ ਜਿਹੜੀ ਏ ਅਗਰ ਸੜਕ ਗਿੱਲੀ ਏ ਤੇ ਫਿਰ ਐਡਰੇਨਸਾ ਜਿਹੜੀ ਉਹ ਘਾਟੋ ਵੇਦੀ ਸਹੀ ਨਹੀਂ ਹੋਣ ਲਗੀ ਇਹਦਾ ਮਤਲਬ ਸੜਕ ਦੇ ਉੱਤੇ ਡਿਪੈਂਡ ਕਰਦੀ ਏ ਠੀਕ ਹੈ ਫਾਲਸੋ ਚੌਥਾ ਕੀ ਕੁੰਡੂਚੇ ਉਨ ਮੋਟੋਚਿਕਲੋ ਕਹਿੰਦੇ ਜਿਹੜਾ ਮੋਟਰਸਾਈਕਲ ਚਲਾ ਰਿਹਾ ਹੈ ਦੇਵੇ ਕਨਸੀਡਰਾ ਰਿਓ ਖਿਆਲ ਕਰ ਲੈ ਕਿ ਐਡਰੇਨਸਾ ਦਿਵਨਵੀਸ਼ੇ ਵੇ ਜਿਹੜੀ ਗ੍ਰਿਪ ਤੇ ਐਡਰੇਨਸਾ ਵੀ ਉਹ ਘਾਟੋ ਵੇਦੀ ਕਵਾਂਡੋ ਟ੍ਰਾਂਸਪੋਰਤਾ ਜਦੋਂ ਲੈ ਕੇ ਜਾ ਰਹੇ ਹੋ ਉਨ ਪਾਸਾ ਜੇਰੋ ਇੱਕ ਪੈਸੇਂਜਰ ਨੂੰ ਮਤਲਬ ਉਹ ਦੇ ਕਹਿਣ ਦਾ ਇਹ ਵੀ ਮੋਟਰਸਾਈਕਲ ਦੇ ਪਿੱਛੇ ਤੁਸੀਂ ਕੋਈ ਬੰਦਾ ਬਿਠਾਏ ਹੈ ਤੇ ਫਿਰ ਅਧਰੈਨ ਸਾਹ ਜਿਹੜੀ ਟਾਇਰਾਂ ਦੀ ਗ੍ਰਿਪ ਹੈ ਉਹ ਘੱਟ ਹੋਵੇਦੀ ਫਾਲਸੋ ਅਗਰ ਹੁਣ ਮੋਟਰਸਾਈਕਲ ਦੇ ਪਿੱਛੇ ਸਾ ਬੰਦਾ ਬਿਠਾਏ ਤੇ ਗ੍ਰਿਪ ਅੱਗੇ ਨਾਲੋਂ ਜ਼ਿਆਦਾ ਹੋਵੇਦੀ ਕਿਉਂਕਿ ਉੱਤੇ ਵਜ਼ਨ ਪਿਆ ਟਾਇਰ ਜਿਹੜਾ ਹੈ ਹੋਰ ਚਿਪਕੇਦਾ ਸੜਕ ਦੇ ਨਾਲ ਇਹਦੇ ਨਾਲ ਘਟਣ ਨਹੀਂ ਲੱਗੀ ਵਜ਼ੇਦੀ 918 918 ਇਥੇ ਵੀ ਜੀ ਫੋਰਸ ਆ ਅਦਰੈਨ ਤੇ ਫੋਰਸਾ ਮਤਲਬ ਤਾਕਤ ਅਦਰੈਨਤੀ ਹੋ ਗਿਆ ਅਦਰੈਨਸਾ ਹੋ ਗਿਆ ਇੱਕੋ ਹੀ ਚੀਜ਼ ਹੈ ਅਦਰੈਨਸਾ ਵੀ ਗ੍ਰਿਪ ਨੂੰ ਆਸਦੇ ਨੇ ਤੇ ਅਦਰੈਨ ਤੇ ਵੀ ਗ੍ਰਿਪ ਨੂੰ ਯਾਦਦੇ ਨੇ ਚਿਪਕਣੇ ਨੂੰ ਠੀਕ ਹੈ ਤੇ ਉਹੀ ਚੀਜ਼ ਹੈ ਜਿਹੜੀ ਅੱਗੇ ਅਸੀਂ ਪਿੱਛੇ ਕਾਫੀ ਦਫਾ ਪੜ੍ਹੀ ਹੈ ਭਈ ਸੜਕ ਸਾਫ਼ ਹੈ ਖੁਰਦਰਾ ਵੇ ਤੇ ਗ੍ਰਿਪ ਠੀਕ ਹੋਵੇ ਦੀ ਸੜਕ ਗਿੱਲੀ ਹੈ ਜਾਂ ਗੰਦੀ ਹੋਈ ਹੈ ਉੱਤੇ ਕੋਈ ਆਇਲ ਵਗੈਰਾ ਤੇਲ ਵਗੈਰਾ ਰੁੜਿਆ ਹੈ ਤੇ ਫਿਰ ਗ੍ਰਿਪ ਜਿਹੜੀ ਹੈ ਘਟ ਹੋਵੇ ਦੀ ਗ੍ਰਿਪ ਦੀ ਤਾਕਤ ਚਿੱਕੜ ਨਾਲ ਚਿੱਕੜ ਨਾਲ ਗੰਦੀ ਹੈ ਫਿਰ ਵੀ ਟਾਇਰਾਂ ਦੀ ਪਕੜ ਘਟ ਹੋਵੇ ਦੀ ਬਰਫ਼ ਨਾਲ ਕਵਾਰੇ ਸੜਕ ਫਿਰ ਵੀ ਗ੍ਰਿਪ ਜਿਹੜੀ ਉਹ ਘਟ ਹੋਵੇ ਦੀ ਟਾਇਰਾਂ ਵਿੱਚ ਆਵਾ ਘਟ ਤੇ ਫਿਰ ਗ੍ਰਿਪ ਜ਼ਿਆਦਾ ਹੋਵੇ ਦੀ ਕਿਉਂਕਿ ਆਵਾ ਘਟਣ ਦੀ وجہ ਤੋਂ ਟਾਇਰ ਜਿਹੜਾ ਜ਼ਿਆਦਾ ਫੈਲ ਜਾਂਦਾ ਹੈ ਥੱਲੇ ਬਹਿ ਜਾਂਦਾ ਹੈ ਚੌੜਾ ਹੋ ਜਾਂਦਾ ਹੈ ਤੇ ਜਿੰਨਾ ਟਾਇਰ ਚੌੜਾ ਹੁੰਦਾ ਜਾਇਦਾ ਉਤਨੀ ਗ੍ਰਿਪ ਜਿਹੜੀ ਹੈ ਉਹ ਵੱਧਦੀ ਜਾਏਗੀ ਚਲੋ ਜੀ ਪਹਿਲਾ ਸਵਾਲ ਲਾ ਫੋਰਸਾ ਅਦਰੈਂਤੇ ਕਹਿੰਦਾ ਜਿਹੜੀ ਚਿਪਕਣੇ ਦੀ ਤਾਕਤ ਹੈ ਅਦਰੈਂਤੇ ਮਤਲਬ ਹੀ ਗ੍ਰਿਪ ਟਾਇਰਾਂ ਦੀ ਗ੍ਰਿਪ ਗ੍ਰਿਪ ਦੀ ਤਾਕਤ ਕਹਿ ਲੋ ਜਾਂ ਚਿਪਕਣੇ ਦੀ ਤਾਕਤ ਕਹਿ ਲੋ ਇੱਕੋ ਚੀਜ਼ ਹੈ ਲਾ ਫੋਰਸਾ ਅਦਰੈਂਤੇ ਕਹਿੰਦਾ ਜਿਹੜੀ ਚਿਪਕਣੇ ਦੀ ਤਾਕਤ ਹੈ ਦਿਮਿਨੁਈਸ਼ੇ ਘਟ ਜਾਏਗੀ ਸੇ ਲਸਟਰਾ ਦਾ ਅਗਰ ਸੜਕ ਇਸ ਪੋਰ ਕਾ ਦਿਓਲਿਓ ਆਇਲ ਨਾਲ ਗੰਦੀ ਹੋਈਏ ਤੇ ਵੇਰੋ ਅਗਰ ਸੜਕ ਆਇਲ ਨਾਲ ਗੰਦੀ ਹੋਈਏ ਤੇ ਗ੍ਰਿਪ ਦੀ ਤਾਕਤ ਜਿਹੜੀ ਉਹ ਕੱਟ ਜਾਏ ਦੀ ਦੂਸਰਾ ਲਾ ਫੋਰਸਾ ਡ੍ਰੇਨ ਤੇ ਜਿਹੜੀ ਚਿਪਕਣ ਦੀ ਤਾਕਤ ਤੇ ਰਿਜ਼ੂਲ ਰਿਜ਼ੂਲ ਤਾਂ ਮਜੂਰ ਇਹ ਕਹਿੰਦੇ ਮਜੂਰ ਹੋਵੇ ਦੀ ਜ਼ਿਆਦਾ ਹੋਵੇ ਦੀ ਸੇ ਅਸਫਾਲਤੋ ਅਗਰ ਫਰਸ਼ ਇਹ ਅਸ਼ੂਤੋ ਖੁਸ਼ਕੇ ਏ ਪੁਲੀਤੋ ਤੇ ਸਾਫ ਹੈ ਤੇ ਫਿਰ ਕਹਿੰਦਾ ਗ੍ਰਿਪ ਜਿਹੜੀ ਹੈ ਗ੍ਰਿਪ ਦੀ ਤਾਕਤ ਜ਼ਿਆਦਾ ਹੋਵੇ ਦੀ ਵੇਰੋ ਅੱਛਾ ਜੀ ਇੱਥੇ ਲਫ਼ਜ਼ ਆਇਆ ਹੈ ਪੁਲੀਤੋ ਪੁਲੀਤੋ ਮਤਲਬ ਸਾਫ ਇਸ ਸੈਂਪਰੇ ਵੇਰੋ ਤੇ ਇੱਕ ਫਲਸੋ ਹੁੰਦਾ ਹੈ ਅਕੁਆ ਰਾਜਨਾ ਠੀਕ ਹੈ ਪਿੱਛੇ ਪਿੱਛੇ ਗੁਜ਼ਰ ਗਈ ਹੈ ਤੀਸਰਾ ਲਾ ਫੋਰਸਾ ਅਦਰੈਂਤੇ کہہ دیں چپکڑے دی طاقت چپک ہے یا کہہ لوگ گرپ دی طاقت ہے تا زیادہ ہوئے دی دے فال تو اگر فرش ایک کوپیر تو دی گیاچو برف نال کورے مطلب سڑک برف جمی ہے گیچو بنی ہے تو پھر کہہ دین جی تا ہوئے دی داقت جیڑی ہے زیادہ ہوئے دی دلسو جی کٹ ہوئے دی لا فورسا درین تے جیڑی چپکنے دی طاقت ہے او مہنگتا زیادہ کہہ لو کہ ود جائے دی سیس فالتو اگر فرش کو کوپیر تو دلفانگو چیکڑ ہے تے فالسو اگر چکڑ کور ہے تے پھر فور رہن تے رہے دی طاقت جیڑی ہے او مہنگتا ودن نہیں لگی کٹے گی دمنوشی ہوئے گی اچھا جی اتنے ایک لفظ ہے کوپیر تو بھی آیا ہے سچ کوپیر تو وے Sempre falso te do verone e civile na te do surrounde meliona te coperto sempre falso Dovero. ਇੱਕ ਸਿਵੀਲੇ ਨਾਲ ਔਰ ਦੂਸਰਾ ਮੈਲੀਓਨਾ ਫਾਂਗੋ ਚਿਕਨਵਾ ਦੇ ਲਾ ਫੋਰਸਾ ਦਰੈਨ ਤੇ ਜਿਹੜੀ ਚਿਪਕਣੇ ਦੀ ਤਾਕਤ ਹੈ ਨੌਨ ਡਿਪੈਂਡ ਦੇ ਜਾਂ ਗ੍ਰਿਪ ਦੀ ਤਾਕਤ ਜਿਹੜੀ ਨੌਨ ਡਿਪੈਂਡ ਦੇ ਕਹਿੰਦਾ ਇਹ ਡਿਪੈਂਡ ਨਹੀਂ ਕਰਦੀ ਦਲ ਅਪਰੈਸਿਓਨੇ ਦੇ ਪੈਨਿਊਮਾਟਿਚੀ ਟਾਇਰਾਂ ਦੇ ਪ੍ਰੈਸ਼ਰ ਦੇ ਉੱਤੇ ਮਤਲਬ ਟਾਇਰਾਂ ਵਿੱਚ ਜਿਹੜੀ ਵਾਹ ਹੁੰਦੀ ਉਹਦੇ ਪ੍ਰੈਸ਼ਰ ਤੇ ਕਹਿੰਦਾ ਡਿਪੈਂਡ ਨਹੀਂ ਕਰਦੀ ਫਾਲਸੋ ਯੂਸ ਤੇ ਕਰਦੀ ਹੈ 919 919 ਅਤੇ ਵੀਡੀਓ ਚੀਜ਼ੇ ਫੋਰਸਾ ਅਦਰੈਂਤੇ ਗ੍ਰਿਪ ਦੀ ਤਾਕਤ ਚਿਪਕਣ ਦੀ ਤਾਕਤ ਅਗਨੇ ਬ੍ਰੈਕਟ ਚ ਅਦਰੈਂਸ ਆ ਵੀ ਦੱਸਿਆ ਹੈ ਠੀਕ ਹੈ ਇਹਨਾਂ ਦੋਵਾਂ ਦਾ ਇੱਕੋ ਹੀ ਮਤਲਬ ਹੈ ਲਾ ਫੋਰਸਾ ਅਦਰੈਂਤੇ ਕਹਿੰਦੇ ਨੇ ਚਿਪਕਣ ਦੀ ਤਾਕਤ ਹੈ ਟਾਇਰਾਂ ਦੇ ਚਿਪਕਣ ਦੀ ਉਮੈਂਤਾ ਇਹ ਵੱਧ ਜਾਈ ਦੀ ਸੇ ਅਸਵਾਲ ਤੋਂ ਅਗਰ ਫਰਸ਼ ਏ ਰੁਗੋਜ਼ੋ ਖੁਰਦਰਾ ਹੋਵੇ ਫਿਰ ਅਗਰ ਫਰਸ਼ ਖੁਰਦਰਾ ਵੇ ਤੇ ਗ੍ਰਿਪ ਦੀ ਤਾਕਤ ਵਧ ਜਾਏ ਦੀ ਓਮੈਨਤਾ ਹੋ ਜਾਏ ਦੀ ਲਾ ਫੋਰਸ ਅਦਰੈਂਤੇ ਜੇ ਟਾਇਰਾਂ ਦੀ ਚਿਪਕਣੇ ਦੀ ਤਾਕਤ ਤੇ ਜਿਹੜੀ ਗ੍ਰਿਪ ਦੀ ਤਾਕਤ ਹੈ ਡਿਮਿਨਿਸ਼ੇ ਕਹਿੰਦੇ ਘਟ ਜਾਏ ਦੀ ਸੇ ਅਸਫਲਤੋ ਅਗਰ ਫਰਸ਼ ਇਹ ਬਨਿਆ ਤੋਂ ਗਿੱਲਾ ਤੇ ਵੇਰੋ ਅਗਰ ਫਰਸ਼ ਗਿੱਲਾ ਤੇ ਗ੍ਰਿਪ ਦੀ ਤਾਕਤ ਡਿਮਿਨਿਸ਼ ਹੋ ਜਾਏ ਦੀ ਘਟ ਜਾਏਗੀ ਅੱਛਾ ਜੀ ਬਨਿਆ ਤੋਂ ਆਇਆ ਬਨਿਆ ਤੋਂ ਜਿਹੜਾ ਵੇ ਸੈਂਪਰੇ ਵੇਰੋ Sempre vero, e eco falso onde. Chi aumentana aumenta. Sorry, sempre vero è. Bagnato, sempre vero, e eco falso. Aumenta. ਕਿਸ ਤਰ੍ਹਾਂ ਸਵਾਲ ਜੀ ਲਾ ਫੋਰਸ ਅਦਰੈਂਟ ਜਿਹੜੀ ਗ੍ਰਿਪ ਦੀ ਤਾਕਤ ਹੈ ਉਹ ਮੈਂ ਤਾਂ ਕਹਿੰਦੇ ਵੱਧ ਜਾਏ ਦੀ ਸੇ ਅਸਫਾਲ ਤੋਂ ਅਗਰ ਫਰਸ਼ ਇਹ ਬਨ ਜਾ ਤੋ ਗਿੱਲਾ ਤੇ ਅਸਫਾਲ ਤੋਂ ਜੇ ਅਗਰ ਫਰਸ਼ ਗਿੱਲਾ ਹੋਵੇਦਾ ਤੇ ਅਦਰੈਂਟ ਫੋਰਸ ਅਦਰੈਂਟ ਇਹਦੀ ਗ੍ਰਿਪ ਦੀ ਤਾਕਤ ਹੈ ਉਹ ਮੈਂ ਤਾਂ ਨਹੀਂ ਹੋਣ ਲੱਗੀ ਦਿਵਨਵੀਸ਼ਯ ਵਦੀ ਕਟੇ ਦੀ ਇਹ ਕਹਿੰਦਾ ਵੱਧ ਜਾਏ ਦੀ ਠੀਕ ਹੈ ਜੀ ਇਹ ਬਨਿਆ ਤੋ ਆ ਗਿਆ ਦੱਸਿਆ ਸੀ ਕਿ ਸੈਂਪਰੇ ਵੇਰੋ ਤੇ ਇੱਕ ਫਾਲਸਾ ਹੁੰਦਾ ਹੈ ਉਮੈਨਤਾ ਨਾਲ ਇੱਥੇ ਲਈ ਆ ਗਿਆ ਲਾ ਫੋਰਸਾ ਦਰੈਨ ਤੇ ਜਿਹੜੀ ਗ੍ਰਿਪ ਦੀ ਤਾਕਤ ਹੈ ਟਾਇਰਾਂ ਦੇ ਚਿਪਕਣੇ ਦੀ ਤਾਕਤ ਹੈ ਉਹ ਉਮੈਨਤਾ ਕਹਿੰਦੇ ਵੱਧ ਜਾਏਗੀ ਸੇ ਅਸਫਾਲਤੋ ਅਗਰ ਫਰੈਸ਼ ਇੱਕ ਕੁਪੇਰ ਤੋਂ ਦੀ ਫੋਗਲੀਏ ਪੱਤਿਆਂ ਨਾਲ ਕਵਾਰੇ ਤੇ ਸੜਕ ਉਤੇ ਕਹਿੰਦਾ ਪੱਤੇ ਨੇ ਫਿਰ ਵੀ ਗ੍ਰਿਪ ਦੀ ਤਾਕਤ ਵੱਧ ਜਾਏਗੀ ਫਾਲਸੋ ਪੱਤਿਆਂ ਦੀ ਵਜ੍ਹਾ ਤੋਂ ਟਾਇਰ ਜਿਹੜੇ ਨੇ ਸੜਕ ਨਾਲ ਲੱਗਣ ਹੀ ਨਹੀਂ ਲੱਗੇ ਕਿਉਂਕਿ ਦਰਮਿਆਨ ਵਿੱਚ ਪੱਤੇ ਆ ਗਏ ਨੇ ਕਿ ਉਹ ਟਾਇਰਾਂ ਦੀ ਗ੍ਰਿਪ ਸਹੀ ਨਹੀਂ ਹੋਣ ਲੱਗੀ ਠੀਕ ਹੈ ਜੀ ਇੱਕ ਤੇ ਆ ਗਿਆ ਇੱਥੇ ਕੁਪੈਰ ਤੋਂ ਦੱਸਿਆ ਸੀ ਕਿ ਸੈਂਪਰੇ ਫਾਲਸੋ ਦੋ ਵੇਰੋ ਇੱਕ ਮੈਲਿਓ ਨਾਲ ਦੂਸਰਾ ਚਿਵੀ ਲੈਣਾ ਤੇ ਸ਼ਾਇਦ ਫੋਲੀ ਜਿਹੜਾ ਵੇ ਅੱਛਾ ਜੀ ਇਹ ਫੋਲੀ ਮੇਰੇ ਖਿਆਲ ਨਾਲ ਸੈਂਪਰੇ ਫਾਲਸੋ ਇਹ ਬਲਕਿਨ ਫਿਰ ਵੀ ਇਹ ਤੁਸੀਂ ਨਾ ਕਮੈਂਟ ਵਿੱਚ ਲਿਖਿਆ ਜੇ ਮੈਂ ਵੇਖ ਕੇ ਦੱਸ ਦਿਆਂ ਦਾ ਪੰਜਵਾ ਲਾ ਫੋਰਸ ਅਧਰੈਨਟ ਕਿੰਨੀ ਗ੍ਰਿਪ ਦੀ ਤਾਕਤ ਹੈ ਟਾਇਰਾਂ ਦੇ ਚਿਪਕਣ ਦੀ ਤਾਕਤ ਜਿਹੜੀ ਹੈ ਉਹ ਮੈਂਤਾ ਵੱਧ ਜਾਏਗੀ ਸੇ ਅਸਫਾਲਤੋ ਅਗਰ ਫਰਸ਼ ਇੱਕ ਕੁਪੇਰ ਤੋਂ ਦੀ ਗਿਆਚੋ ਬਰਫ਼ ਦੇ ਨਾਲ ਕਵਰੇ ਫਾਲਸੋ ਅਗਰ ਬਰਫ਼ ਨਾਲ ਕਵਰੇ ਬਰਫ਼ ਜੰਮੀ ਹੈ ਸੜਕ ਤੇ ਤੇ ਗ੍ਰਿਪ ਦੀ ਤਾਕਤ ਉਹ ਮੈਂਤਾ ਨਹੀਂ ਹੋਣ ਲਗੀ ਵਧਣ ਨਹੀਂ ਲਗੀ ਦਿਮਨੂਈ ਹੋਣੀ ਚਾਹੀਦੀ ਹੈ ਕਟਣੀ ਜਾਏ ਦੀ ਹੈ ਠੀਕ ਹੈ ਫਾਲਸੋ ਕੁਪੇਰ ਤੋਂ ਫੇਰ ਇੱਥੇ ਵੀ ਆ ਗਿਆ ਗਿਆਚੋ ਜਿਹੜੀ ਬਰਫ਼ ਜੰਮ ਜਾਂਦੀ ਹੈ ਉਹਨਾਂ ਵਾਸਤੇ لا فورسا درین تیڑی گرپ دی طاقت او محنت ہے ود جائے گی اسفال تو اگر فرش ایک کوپیر تو دل فانگو چکر دینا کور ہے فالسو جی ودن نہیں لگی کٹے گی تو جی آج دی ویڈیو کافی ہے انشاءاللہ ملنیا نیکس نیکسٹ ویڈیو تے امید ہے کہ کل یا پرسوں انشاءاللہ دو دن جا کورس ہے وہ کمپلیٹ ہو جائے گا اوکے جی اللہ حفظ ستری جی